ਕੱਲ੍ਹ ਪਰਸੋਂ ਦਾ ਦੋ ਤਿੰਨ ਦਿਨ ਦਾ ਸੋਚਦਾ ਸੀਗਾ ਬਲੌਗ ਬਣਾਉਣ ਨੂੰ ਵੀ ਚੱਲ ਉਸ ਦੇ ਦਿਨ ਚੱਲ ਰਹੇ ਹਾਂ ਇੱਕ ਦੋ ਬਲੌਗ ਬਣਾ ਕੇ ਪਾਈਏ, ਪਰ ਟਾਈਮ ਲੱਗਿਆ ਨਹੀਂ ਕੁਛ, ਕੰਮ ਦੇ ਵਿੱਚ ਇੰਨੇ ਬਿਜ਼ੀ ਹੋਏ ਪਏ ਤੇ ਕਿ ਅੱਜ ਸਾਰੇ ਅੱਜ ਕੱਲ੍ਹ ਦੇ ਵਿੱਚ ਵੀ ਹਲੇ ਵੀ ਕੰਮ ਜਾਣੀ ਕਿ ਪੂਰੇ ਨਿਬੜੇ ਨਹੀਂ ਹੈਗੇ ਜਿਸ ਹਿਸਾਬ ਨਾਲ ਅੱਗੇ ਨਿਬੜਦੇ ਤੇ ਕੰਮ ਪੂਰੇ ਖਿੱਚ ਕੇ ਕੀਤੇ ਨਾਲੇ ਅਤੇ ਬਾਕੀ ਅੱਜ ਮਹਿੰਦੀ ਦੀ ਰਸਮ ਆ ਅਤੇ ਅੱਜ ਆਪਾਂ ਤੁਹਾਡੇ ਨਾਲ ਕਰਾਂਗੇ ਥੋੜ੍ਹਾ ਬਹੁਤਾ ਬਲੌਗ ਸ਼ੇਅਰ ਅਤੇ ਜ਼ਰੂਰ ਬਣੇ ਰਹੋ ਬਲੌਗ ਦੇ ਨਾਲ, ਜਿੰਨੀ ਵੀ ਐਕਟੀਵਿਟੀ ਹੋਊਗੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਾਂਗੇ ਅਤੇ ਬਾਕੀ ਸਰਕਾਰ ਦਾ ਦਰਬਾਰ ਦੀ ਦੀਦਾਰ ਤੁਹਾਨੂੰ ਕਰਾਉਂਦੇ ਹਾਂ, ਦੇਖ ਕੇ ਦੱਸਿਓ। ਅਤੇ ਇਹੀ ਕੁਛ ਆ ਵੀ, ਬਾਕੀ ਬਾਹਰ ਦੀ ਲੜੀਆਂ ਦੀ ਡੈਕੋਰੇਸ਼ਨ ਆ ਉਹ ਤੁਹਾਨੂੰ ਬਾਹਰ ਨਿਕਲ ਕੇ ਦਿਖਾਵਾਂਗੇ ਆਪਾਂ, ਉਹ ਆਪਾਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਵਾਂਗੇ। ਬਾਕੀ ਮਹਿੰਦੀ ਦੀ ਰਸਮ ਹੋਊਗੀ ਆਪਾਂ ਨਾਲ ਦੀ ਨਾਲ ਤੁਹਾਨੂੰ ਸ਼ੇਅਰ ਕਰਦੇ ਰਹਿਣਾ ਅਤੇ ਬਣੇ ਰਹੋ ਬਲੌਗ ਦੇ ਨਾਲ। ਹਾਂ ਵੀ ਲਾਡੀ, ਮਹਿੰਦੀ ਦਾ ਦਿਨ ਆ ਗਿਆ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਸਭ ਨੂੰ ਮਹਿੰਦੀ ਦੀਆਂ। ਹਾਂ, ਸਾਰਿਆਂ ਨੂੰ ਬਹੁਤ ਬਹੁਤ ਹੋਰ ਵਿਸ਼ਾਲ ਵਧੀਆ ਵਧੀਆ ਮੁਬਾਰਕਾਂ ਮਹਿੰਦੀ ਦੀਆਂ। ਬਹੁਤ ਬਹੁਤ ਮੁਬਾਰਕਾਂ ਗੋਪੀ ਬਾਈ, ਚੱਲ ਰਹੀ ਹੈ ਸੇਵਾ? ਮਾਲਕ ਸਾਰਿਆਂ ਦਾ ਕਬੂਲ ਕਰੇ। ਲੰਗਰ ਦਾ ਟਾਈਮ ਹੋਇਆ ਹੋਇਆ, ਲੰਗਰ ਚੱਲ ਰਿਹਾ ਹੁਣ ਸਰਕਾਰ ਦਾ। ਤੰਦੂਰ ਰੋਟੀ ਉੱਤਰ ਰਹੀ ਹੈ? ਤੰਦੂਰ ਰੋਟੀ ਜੀ, ਗਰਮ ਗਰਮ। ਠੀਕ ਹੈ ਠੀਕ ਹੈ, ਬਾਕੀ ਨਾਲ ਦੀ ਨਾਲ ਸੰਗਤ ਜਿੰਨੀ ਆ ਰਹੀ ਹੈ। ਵੀਰੇ ਸਕਲੇ ਪ੍ਰਸ਼ਾਦ ਆ, ਬੈਠੋ ਆ ਜਾਓ ਆ ਜਾਓ। ਲੈ ਵੀ ਰਾਤ ਮਹਿੰਦੀ ਦੀ ਐਕਟੀਵਿਟੀ ਹੋਈ ਸੀਗੀ, ਉਹ ਤੋਂ ਬਾਅਦ ਫਿਰ ਬਲੌਗ ਕਰਨ ਦਾ ਕੁਛ ਟਾਈਮ ਹੀ ਨਹੀਂ ਲੱਗਿਆ ਹੈਗਾ ਅਤੇ ਬਸ ਕੁਛ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ ਅਤੇ ਹੁਣ ਅੱਜ ਮਹਿੰਦੀ ਤੋਂ ਦੂਸਰਾ ਦਿਨ ਆ, ਜਾਣੀ ਕਿ ਆਪਣੇ ਉਰਸ ਤੋਂ ਔਰ ਮਹਿੰਦੀ ਦੇ ਵਿਚਕਾਰਲਾ ਦਿਨ, ਕੱਲ੍ਹ ਨੂੰ ਆਪਣਾ ਉਰਸ ਆ, ਸਵੇਰੇ ਸਾਜਰੇ ਆਪਣਾ ਫਾਤੀ ਵਗੈਰਾ ਪੜ੍ਹ ਕੇ ਆਪਾਂ ਲੰਗਰ ਦੀ ਸਟਾਰਟਿੰਗ ਕਰ ਦੇਣੀ ਆ ਅਤੇ ਰਾਤ ਨੂੰ ਫਿਰ ਆਪਣੀ ਕਵਾਲ ਮਹਿਫਲ ਆ। ਦੇਖਾਂਗੇ, ਕੋਸ਼ਿਸ਼ ਕਰਾਂਗੇ ਆਪਾਂ, ਕੱਲ੍ਹ ਵਾਲਾ ਕੰਮ ਨਹੀਂ ਕਰਨਾ ਆਪਾਂ, ਤੁਹਾਨੂੰ ਕੁਆਲੀ ਤਾਂ ਜ਼ਰੂਰ ਆਪਾਂ ਤੁਹਾਨੂੰ ਨਾਲ ਦੇ ਨਾਲ ਬਲੌਗ ਦਿਖਾਵਾਂਗੇ ਅਤੇ ਬਾਕੀ ਇਹੀ ਦਰਬਾਰ ਦੀ ਡੈਕੋਰੇਸ਼ਨ ਹੋਈ ਹੋਈ ਹੈ, ਬਾਕੀ ਇੱਧਰ ਲੱਗੇ ਹੋਏ ਟੈਂਟ ਵਾਲੇ ਮੈਟ ਮੂਟ ਅੱਧੇ ਵਿਛਾ ਤੇ, ਅੱਧੇ ਵਿਛਾਣੇ ਉਹਨਾਂ ਨੇ ਅਤੇ ਚਲੋ ਠੀਕ ਹੈ, ਦੇਖਦੇ ਹਾਂ। ਲੈ ਵੀ ਲੰਗਰ, ਰਾਤ ਵਾਲਾ ਲੰਗਰ ਸਟਾਰਟ ਹੋ ਗਿਆ ਅਤੇ ਇੱਧਰ ਆਪਣੀ ਟੈਂਟ ਲੱਗ ਗਈ, ਬਸ ਇਹੀ ਕੁਛ ਆ। ਬਸ ਹੁਣ ਥੋੜ੍ਹੇ ਟਾਈਮ 'ਚ ਕਵਾਲੀ ਸ਼ੁਰੂ ਹੋ ਜਾਣੀ ਆ, ਸਵੇਰ ਦਾ ਫਿਰ ਨਹੀਂ ਕੁਛ ਬਲੌਗ ਸ਼ੂਟ ਹੋਇਆ ਹੈਗਾ, ਦਿਮਾਗ ਨਹੀਂ ਕੰਮ ਕਰਦਾ ਵੀ, ਹੁਣ ਲਾਡੀ ਨੇ ਕਿਹਾ ਕਹਿੰਦਾ ਵੀ ਬਣਾ ਲਓ ਤਾਂ ਦਿਮਾਗ 'ਚ ਆ ਗਿਆ, ਇੱਧਰੋਂ ਕੁਛ ਇੱਦਾਂ ਦਾ ਵਿਊ ਲੱਗਦਾ, ਬਸ ਇਹੀ ਕੁਛ ਆ। ਬਾਕੀ ਨਾਲ ਦੀ ਨਾਲ ਦੇਖਾਂਗੇ ਹੁਣ, ਜੇ ਹੁਣ ਥੋੜ੍ਹੇ ਜਿਹੇ ਤੱਕ ਦੁਬਾਰਾ ਵਾਅਦਾ ਨਹੀਂ ਕਰਦੇ, ਜੇ ਟਾਈਮ ਲੱਗਿਆ ਤਾਂ ਟਰਾਈਪੋਡ 'ਤੇ ਇਹਨੂੰ ਫੋਨ ਨੂੰ ਲਾ ਕੇ ਆਪਾਂ ਕਵਾਲੀ ਥੋੜ੍ਹੀ ਜਿਹੀ ਸ਼ੂਟ ਕਰਾਂਗੇ ਵਿੱਚ, ਇਹ ਬਲੌਗ ਤੁਹਾਨੂੰ ਥੋੜ੍ਹੀ ਕਵਾਲੀ ਵੀ ਦਿਖਾਵਾਂਗੇ ਅਤੇ ਬਾਕੀ ਚਲੋ ਮਿਲਦੇ ਹਾਂ। ਜ਼ਿੰਦਗੀ ਦੇ ਲਈਏ ਜ਼ਿੰਦਗੀ।
ਯਾ ਮੁਹੰਮਦ ਮੈਂ ਜੰਨਤ ਨਹੀਂ ਮੰਗਦਾ। ਜਿਹੜਾ ਸਾਧ ਜੀ ਸੁਣਿਓ ਭਾਜੀ ਸੁਣ ਕੇ, ਸੱਚਾ ਫਕੀਰ ਕੀ ਮੰਗਦਾ? ਆਪਾਂ ਦਰਬਾਰਾਂ ਤੇ ਜਾਂਦੇ ਹਾਂ ਨਾ, ਮੱਥਾ ਟੇਕਦੇ ਸਾਧ ਸੰਗਤ ਜੀ, ਆਪਾਂ ਮੱਥਾ ਟੇਕ ਕੇ ਕੀ ਮੰਗਦੇ ਹਾਂ? ਬਾਬਾ ਸਾਨੂੰ ਬਾਹਰ ਭੇਜ ਦੇ, ਸਾਨੂੰ ਗੱਡੀਆਂ ਦੇ ਦੇ, ਸਾਨੂੰ ਦੌਲਤਾਂ ਦੇ ਦੇ, ਸ਼ੋਹਰਤਾਂ ਦੇ ਦੇ। ਪਰ ਫਕੀਰ ਇਹ ਚੀਜ਼ਾਂ ਨਹੀਂ ਮੰਗਦਾ ਆਪਣੇ ਪੀਰ ਕੋਲੋਂ। ਫਕੀਰ ਕੀ ਮੰਗਦਾ? ਯਾ ਮੁਹੰਮਦ ਮੈਂ ਜੰਨਤ ਨਹੀਂ ਮੰਗਦਾ, ਯਾ ਮੁਹੰਮਦ ਮੈਂ ਜੰਨਤ ਨਹੀਂ ਮੰਗਦਾ, ਤੇਰੀ ਬਸਤੀ ਮੇ ਛੋਟਾ ਸਾ ਘਰ ਚਾਹੀਏ। ਜੰਨਤ ਨਹੀਂ ਮੰਗਦਾ, ਤੇਰੀ ਬਸਤੀ ਮੇ ਬਸ ਛੋਟਾ ਸਾ ਘਰ ਚਾਹੀਏ। ਮੇਰੇ ਸਜਣੋ ਕੀ ਬਸ ਹੈ ਯਹੀ ਆਰਜ਼ੂ, ਮੇਰੇ ਸਜਣੋ ਕੀ ਬਸ ਹੈ ਯਹੀ ਆਰਜ਼ੂ, ਤੇਰੀ ਚੌਖਟ ਤੇਰਾ